ਸਬਸਕ੍ਰਾਈਬ ਕਰੇ ਹਮਾਰਾ ਆਫੀਸ਼ੀਅਲ YouTube ਚੈਨਲ ਔਰ ਬੈਲ ਆਈਕਨ ਦਬਾ ਕਰ ਪਾਏ ਸਭੀ ਨੋਟੀਫਿਕੇਸ਼ਨ पंजाब के सीएम कैप्टन अमरिंदर सिंह ने कहा कि पंजाब में नशे के पूरी तरह खात्मे के लिए जनता का सहयोग भी चाहिए इंटरनेशनल डे अगेंस्ट ड्रग एब्यूज एंड ट्रैफिकिंग डे के मौके पर पंजाब सीएम की तरफ से एक बयान जारी किया गया जिसमें बताया गया कि पिछले तीन साल के दौरान सैंतीस हजार से ज्यादा एन के तहत मामले दर्ज किए गए हैं जिनमें छियालीस हजार आठ सौ लोगों को गिरफ्तार किया गया और नशे की सप्लाई चेन को भी खत्म करने का प्रयास जारी है सीएम ने कहा कि हमने 1400 किलो हीरोइन 400 ग्राम स्मैग 1600 किलो अफीम 112000 किलो चोरा पोस्ट बरामद किया है तकरीबन 37600 ਸਾਡੇ ਐਫ ਆਈ ਆਰ ਐਨ ਡੀ ਪੀ ਐਸ ਐਕਟ ਦੇ ਅਧੀਨ ਹੋ ਗੀਆਂ ਨੇ ਸਾਡੇ ਜਿਹੜੇ ਬੰਦੇ ਗ੍ਰਿਫਤਾਰ ਹੋਏ ਨੇ ਇਸ ਨਸ਼ਿਆਂ ਦੇ ਵਿੱਚ 46800 ਬੰਦੇ ਗ੍ਰਿਫਤਾਰ ਹੋਏ ਨੇ ਜਿਹੜੇ ਬੰਦੇ ਵੇਚਣ ਵਾਲੇ ਨੇ ਉਹ 8380 ਫੜ ਕੇ ਉਹਨਾਂ ਨੂੰ ਇਹ 30 34 ਤਾਈ ਹੈ ਔਰ ਜੇਲਾ ਦੇ ਵਿੱਚ ਬੈਠੇ ਨੇ ਇਸ ਵੇਲੇ ਅ ਹੈਰੋਇਨ ਜੋ ਜੋ ਚਿੱਟਾ ਹੈ ਉਹ ਹੈ 1450 ਕਿਲੋ ਅਸੀਂ ਫੜਿਆ ਜਿਹੜਾ ਸਮੈਕ ਔਰ ਚਰਸ 400 ਕਿਲੋਗ੍ਰਾਮ ਅਸੀਂ पकड़े हैं ਔਰ ਅਫੀਮ 1600 ਕਿਲੋਗ੍ਰਾਮ ਅਸੀਂ ਫੜੀ ਹੈ ਔਰ ਪੁਕੀ 128000 किलो ਅਸੀਂ ਇਹ ਪੜਿਆ ਹੁਣ ਸਾਡਾ ਇੱਕ ਪੂਰਾ ਡਿਪਾਰਟਮੈਂਟ ਇਸ ਕੰਮ ਤੇ ਲੱਗਿਆ ਹੋਇਆ ਪੂਰੀ ਪੁਲਿਸ ਲੱਗੀ ਹੋਈ ਹੈ ਔਰ ਜਿੱਥੋਂ ਜਿੱਥੋਂ ਇਹ ਆਉਂਦੇ ਨੇ ਅਸੀਂ ਫਟ ਪੜਦੇ ਤਿੰਨ ਬੰਦੇ ਤਾਂ ਬਾਹਰਲੇ ਜੇਲ੍ਹਾਂ ਤੋਂ ਇੱਕ ਤਾਂ ਹਾਂਗਕਾਂਗ ਦੇ ਵਿੱਚ ਚੀਨੀਆ ਨੇ ਪੜਿਆ ਹੋਇਆ ਉਹ ਤਾਂ ਦੇਣਗੇ ਨਹੀਂ ਸਾਨੂੰ ਹੁਣ ਸਾਡੇ ਨਾਲ ਨੂੰ ਬਗਾੜ ਪੈ ਗਈ ਲੇਕਿਨ ਉਹਨਾਂ ਦੀ ਜੇਲ੍ਹ ਚ ਹੈ ਉੱਥੇ ਦੂਸਰਾ ਇੱਕ ਆਰਮੀਨੀਆ ਦੇ ਵਿੱਚ ਸੀ ਉਹ ਤਾਂ ਇੰਟਰਪੋਲ ਦੇ ਰਾਹੀਂ ਉਹ ਆ ਗਿਆ ਵਾਪਸ ਹਿੰਦੁਸਤਾਨ ਔਰ ਉਹਦੀ ਪੁੱਛਣੀ ਪੁਛਾਈ ਵਗੈਰਾ ਹੋ ਰਹੀ ਹੈ ਅ ਇੰਟਰਪੋਲ ਦਾ ਇਨਵੋਲਵਮੈਂਟ ਹੈ ਗਵਰਨਮੈਂਟ ਆਫ ਇੰਡੀਆ ਦੇ ਇਨਵੋਲਵਮੈਂਟ ਹੈ ਸਾਡੀ ਇਨਵੋਲਵਮੈਂਟ ਹੈ ਉਹ ਤੋਂ ਪਤਾ ਲੱਗੂ ਇੱਕ ਬੰਦਾ ਇੰਟਰਪੋਲ ਰਾਹੀਂ ਔਰ ਔਰ ਗੁਜਰਾਤ ਦਾ ਸਰਕਾਰ ਦੇ ਨਾਲ ਕਿਉਂਕਿ ਇੱਕ ਕਾਂਡਲਾ ਦੇ ਵਿੱਚੋਂ ਇਹ ਇਹ ਸਾਰੀ ਕੁਝ ਹੈ ਉਹ ਇੱਕ ਬੰਦਾ ਫੜਿਆ ਹੋਇਆ ਹੈ ਇਟਲੀ ਦੀ ਪੁਲਿਸ ਦੇ ਵਿੱਚ ਔਰ ਉਹ ਰੋਮ ਦੇ ਵਿੱਚ ਅੱਜ ਜੇਲ੍ਹ ਦੇ ਵਿੱਚ ਬੈਠਾ ਹੈ ਔਰ ਸਾਡੀ ਪੂਰੀ ਕੋਸ਼ਿਸ਼ ਇਹ ਹੈ ਉਹਨੂੰ ਸਾਡੀ ਔਰ ਹਿੰਦੁਸਤਾਨ ਦੀ ਸਰਕਾਰ ਨੂੰ ਕਿ ਉਹਨੂੰ ਬਾਹਰ ਵੀ ਕੱਢਿਆ ਜਾਵੇ ਤਾਂ ਕਿ ਪਤਾ ਲੱਗੇ ਅੱਗੇ ਕਿੱਥੋਂ ਕਿੱਥੋਂ ਹੈ ਕੀ ਕੁਝ ਕਰਦੇ ਨੇ